ਚਾਹੀਦੀ ਪੰਜਾਬੀ ਅੱਜ ਜਿਹੜੀ ਕਿ ਸਤਲੁਜ ਨਦੀ ਦੇ ਵਿੱਚ ਜਿਹੜੀ ਹੈ ਰੇਟ ਹੋ ਰਹੀ ਹੈ ਕੀ ਲੈ ਕੇ ਸਾਡੇ ਰੇਟ ਹੋ ਰਹੀ ਹੈ ਇਹ ਜਿਹੜਾ ਸਤਲੁਜ ਦਾ ਦਰਿਆ ਹੈ ਇਹ ਪਾਕਿਸਤਾਨ ਦੇ ਬਾਰਡਰ ਦੇ ਨਾਲ-ਨਾਲ ਕੁਝ ਬੈਲਟ ਲਈ ਚੱਲਦਾ ਹੈ ਕੁਝ ਥੋੜਾ ਜਿਹਾ ਹਟਕੇ ਚੱਲਦਾ 70 ਕਿਲੋਮੀਟਰ ਦੇ ਤਕਰੀਬਨ ਏਰੀਆ ਜਿਹੜਾ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਚ ਦਾ ਪੈਂਦਾ ਇਹਦੇ ਵਿੱਚ ਕਿਉਂਕਿ ਇੱਧਰ ਆਵਾਜਾਈ ਦੇ ਸਾਧਨ ਨਹੀਂ ਤੇ ਇਸ ਕਰਕੇ ਇਧਰਲੇ ਪਾਸੇ ਜਿਹੜੇ ਐਂਟੀਸੋਸ਼ੀਅਲ ਐਲੀਮੈਂਟ ਆ ਉਹ ਬੂਟ ਲੈਗਿੰਗ ਬੜੀ ਕਰਦੇ ਨੇ ਦੇਸੀ ਸ਼ਰਾਬ ਬੜੀ ਕਰਦੇ ਨੇ ਜਿਹੜੀ ਕਿ ਇਲੈਕਸ਼ਨ ਨੂੰ ਇਫੈਕਟ ਕਰਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਤੇ ਅਸੀਂ ਇਹਨਾਂ ਤੇ ਖਿਲਾਫ ਲਗਾਤਾਰ ਆਪਰੇਸ਼ਨ ਕਰ ਰਹੇ ਹਾਂ ਅੱਜ ਦਾ ਜਿਹੜਾ ਅਸੀਂ ਆਪਰੇਸ਼ਨ ਕੀਤਾ ਇਹਦੇ ਵਿੱਚ ਅਸੀਂ ਬਾਕੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਵੀ ਨਾਲ ਲਿੱਤਾ ਐਕਸਾਈਜ਼ ਨੂੰ ਵੀ ਨਾਲ ਲਿੱਤਾ ਐਕਸਾਈਜ਼ ਡਿਪਾਰਟਮੈਂਟ ਨੂੰ ਬੀਐਸਐਫ ਨੂੰ ਇਵਨ ਅਸੀਂ ਜਿਹੜੇ ਸਾਡੇ ਕੋਲੇ ਆਰਮਡ ਪੁਲਿਸ ਦੀ ਸਾਡੀਆਂ ਬੋਟਸ ਐ ਉਹਨਾਂ ਦੀਆਂ ਟੀਮਾਂ ਐ ਉਹਨਾਂ ਨੂੰ ਵੀ ਪ੍ਰੈਸ ਕੀਤਾ ਤੇ ਪੂਰੇ 70 ਕਿਲੋਮੀਟਰ ਦੇ ਏਰੀਏ ਤੇ ਅਸੀਂ ਆਪਰੇਸ਼ਨ ਕਰ ਰਹੇ ਆਂ ਬੱਕਰੀਆਂ ਬੱਕਰੀਆਂ ਟੀਮਾਂ ਲਗਾਈਆਂ ਨੇ ਕੋਈ 200 ਦੇ ਕਰੀਬ ਬੰਦੇ ਅੱਜ ਸਿਰਫ ਇਸੇ ਕੰਮ ਲਈ ਪੁਲਿਸ ਫੋਰਸ ਦੇ ਤੇ ਬਾਕੀ ਫੋਰਸੇਸ ਦੇ ਲੱਗੇ ਹੋਏ ਸਰ ਇਸ ਹੁਣ ਤੱਕ ਕਾਫੀ ਰਿਕਵਰੀ ਹੋ ਚੁੱਕੀ ਆ ਜਿਹੜੀਆਂ ਟਿਊਬਾਂ ਤੁਸੀਂ ਵੀ ਦੇਖੀਆਂ ਨੇ ਜਗ੍ਹਾ-ਜਗ੍ਹਾ ਪੱਟੀਆਂ ਬਣਾਈਆਂ ਨੇ ਤੇ ਪੱਟੀਆਂ ਲਾਈਆਂ ਹੋਈਆਂ ਨੇ ਉਹਨਾਂ ਨੇ ਨਾਲ ਉਹ ਟਿਊਬਾਂ ਜਿਹੜੀਆਂ ਹੈਗੀਆਂ ਪਾਣੀ 'ਚ ਸਿੱਟੀਆਂ ਹੋਈਆਂ ਨੇ ਉਹ ਸਾਰੀਆਂ ਰਿਕਵਰੀ ਚੱਲ ਰਹੀਆਂ ਨੇ ਜਦੋਂ ਹੀ ਆਪਰੇਸ਼ਨ ਕੰਪਲੀਟ ਹੁੰਦਾ ਸਾਰੀਆਂ ਲੋਕੇਸ਼ਨਸ ਦਾ ਕੰਪਲੀਟ ਕਿੰਨੀ ਫਿਗਰ ਨਿਕਲੀ ਆ ਉਹ ਸਾਰੇ ਜੀ ਸਾਰੇ ਤੁਹਾਨੂੰ ਦੱਸਾਂਗੇ ਕਿ ਇੰਨੀ ਜਗ੍ਹਾ ਇੰਨੀਆਂ ਪੱਟੀਆਂ ਇੰਨੀਆਂ ਟਿਊਬਾਂ ਤੇ ਇੰਨਾ ਹੋਰ ਬਾਕੀ ਸਮਾਨ ਮਿਲਿਆ ਜਿਹੜੀ ਕਿ ਪਿਛਲੇ ਜਦੋਂ ਅਸੀਂ ਕੀਤਾ ਸੀ ਕੁਝ ਦਿਨ ਪਹਿਲਾਂ ਜਿਹੜਾ ਛੋਟੇ ਲੈਵਲ ਦਾ ਕੀਤਾ ਸੀ ਉੱਥੇ ਤਕਰੀਬਨ 1 ਲੱਖ ਲੀਟਰ ਲਾਹਣ ਤੇ 1200 1 ਲੱਖ 1200 ਲੀਟਰ ਲਾਹਣ ਸਾਨੂੰ ਮਿਲਿਆ ਸੀ ਅੱਜ ਸਾਨੂੰ ਉਤੋਂ ਵੀ ਵੱਧ ਕਿਤੇ ਕਈ ਗੁਣਾ ਵੱਧ ਉਮੀਦ ਆ ਸਰ ਇਹ ਜਿਹੜੀ ਹੈ ਚੋਣ ਜਿਹੜੇ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ ਡੀਐਨਐਨ ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ